ਗੱਲ ਕਰਾਂਗੇ ਅੱਜ ਆਂਤੜੀਆਂ ਦੇ ਉਸ ਬੈਕਟੀਰੀਆ ਦੀ ਜੋ ਸਾਡੀ ਚੰਗੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਰੀਰ ਦੇ ਵਿੱਚ ਕਈ ਵਾਰੀ ਕੁਝ ਬੈਕਟੀਰੀਆ ਅਜਿਹੇ ਹੋ ਜਾਂਦੇ ਨੇ ਜਿਸ ਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ, ਪਰ ਇਹ ਖਾਸ ਤਰ੍ਹਾਂ ਦਾ ਬੈਕਟੀਰੀਆ ਜੋ ਕਿ ਸਾਡੀ ਆਂਤੜੀਆਂ ਦੇ ਵਿੱਚ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਸਾਡਾ ਪਾਚਨ ਤੰਤਰ ਜੋ ਹੈ ਉਹ ਵਧੀਆ ਢੰਗ ਦੇ ਨਾਲ ਚੱਲਦਾ ਰਹੇ, ਜਿਸ ਨੂੰ ਅਸੀਂ ਇਸ ਬੈਕਟੀਰੀਆ ਨੂੰ ਅਸੀਂ ਗੱਟ ਬੈਕਟੀਰੀਆ ਵੀ ਕਹਿੰਦੇ ਹਾਂ, ਜੋ ਸਾਡੀ ਗੱਟ ਹੈਲਥ ਨੂੰ ਵਧੀਆ ਬਣਾਏ ਰੱਖਣ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੀ ਹਾਂ, ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਕਿ ਬੈਕਟੀਰੀਆ ਬਾਰੇ ਜਦ ਵੀ ਅਸੀਂ ਸੋਚਦੇ ਹਾਂ ਤਾਂ ਅਸੀਂ ਇਹੀ ਸੋਚਦੇ ਹਾਂ ਕਿ ਬੈਕਟੀਰੀਆ ਤਾਂ ਬੁਰਾ ਹੁੰਦਾ ਹੈ, ਉਸਦੇ ਨਾਲ ਬਿਮਾਰੀਆਂ ਲੱਗਦੀਆਂ ਹੈ, ਤਾਂ ਇਹ ਕਿਹੜਾ ਬੈਕਟੀਰੀਆ ਹੋਇਆ? ਦੇਖੋ, ਇਹ ਅਜਿਹਾ ਬੈਕਟੀਰੀਆ ਹੈ ਜੋ ਵੀ ਅਸੀਂ ਖਾਂਦੇ ਹਾਂ ਉਸਨੂੰ ਡਾਇਜੈਸਟ ਕਰਨ ਦੇ ਵਿੱਚ ਸਾਡੀ ਮਦਦ ਕਰਦਾ ਹੈ, ਔਰ ਇਹੀ ਨਹੀਂ ਖਾਸ ਤੌਰ ਤੇ ਵਿਟਾਮਿਨ ਕੇ ਔਰ ਵਿਟਾਮਿਨ B12 ਬਣਾਉਣ ਦੇ ਵਿੱਚ ਵੀ ਮਦਦ ਕਰਦਾ। ਸਾਡੀ ਬੋਡੀ ਵਿੱਚ ਵਿਟਾਮਿਨ ਕੇ ਦਾ ਬਹੁਤ ਹੀ ਜ਼ਿਆਦਾ ਖਾਸ ਰੋਲ ਹੈ, ਇਸ ਦੇ ਵਿੱਚ ਵੀ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਦੱਸੂੰਗੀ, ਜੋ ਕਿ ਗੱਟ ਬੈਕਟੀਰੀਆ ਹੀ ਸਾਡੇ ਲਈ ਬਣਾਉਂਦਾ ਹੈ, ਤੇ ਵਿਟਾਮਿਨ B12 ਵੀ ਸਾਡੀ ਬੋਡੀ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਬਣ ਜਾਂਦਾ ਹੈ ਖੁਦ ਹੀ, ਔਰ ਉਹ ਬਣਦਾ ਹੈ ਗੱਟ ਬੈਕਟੀਰੀਆ ਤੋਂ, ਔਰ ਜਿਨ੍ਹਾਂ ਦਾ ਗੱਟ ਬੈਕਟੀਰੀਆ ਨਹੀਂ ਸਹੀ ਬਣਿਆ ਹੁੰਦਾ ਉਹਨਾਂ ਦੀ ਗੱਟ ਹੈਲਥ ਵੀ ਹਮੇਸ਼ਾ ਖਰਾਬ ਰਹਿੰਦੀ, ਪਾਚਨ ਤੰਤਰ ਯਾਨੀ ਕਿ ਵਿਗੜਿਆ ਰਹਿੰਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਦੇ ਹਾਂ ਕਿ ਆਖਿਰ ਗੱਟ ਬੈਕਟੀਰੀਆ ਕਰਦਾ ਕੀ ਹੈ, ਔਰ ਅਗਰ ਸਾਡੀ ਬੋਡੀ ਦੇ ਵਿੱਚ ਗੱਟ ਬੈਕਟੀਰੀਆ ਯਾਨੀ ਆਂਤੜੀਆਂ ਦਾ ਇਹ ਬੈਕਟੀਰੀਆ ਅਗਰ ਘੱਟ ਜਾਂਦਾ ਤਾਂ ਕੀ ਹੈਲਥ ਇਸ਼ੂਜ਼ ਹੋ ਸਕਦੇ ਨੇ? ਸਭ ਤੋਂ ਪਹਿਲਾਂ ਤਾਂ ਦੇਖੋ, ਇਦਾਂ ਦੀ ਕਮੀ ਹੁੰਦੀ ਕਿਉਂ ਹੈ? ਜਦੋਂ ਕੋਈ ਲਗਾਤਾਰ ਲੰਮੇ ਸਮੇਂ ਤੋਂ ਐਂਟੀਬਾਇਓਟਿਕਸ ਦਵਾਈਆਂ ਕੋਈ ਖਾ ਰਿਹਾ ਹੁੰਦਾ ਹੈ, ਬਿਮਾਰੀ ਤੋਂ ਕੋਈ ਚੱਲ ਰਿਹਾ ਹੁੰਦਾ, ਢੇਰ ਸਾਰੀ ਦਵਾਈਆਂ ਖਾ ਰਹੇ ਹੁੰਦੇ ਹਾਂ ਅਸੀਂ, ਜਾਂ ਫਿਰ ਸਾਡੀ ਡਾਇਟ ਚੰਗੀ ਨਹੀਂ ਹੁੰਦੀ, ਤਾਂ ਇਹ ਜਿਹੜਾ ਬੈਕਟੀਰੀਆ ਹੈ ਉਸਨੂੰ ਖਾਣ ਲਈ ਕੁਛ ਨਹੀਂ ਮਿਲਦਾ, ਤਾਂ ਉਸਦਾ ਪੋਸ਼ਣ ਨਹੀਂ ਹੋ ਪਾ ਰਿਹਾ ਹੁੰਦਾ, ਤਾਂ ਗੱਟ ਬੈਕਟੀਰੀਆ ਜੋ ਹੈ ਖਤਮ ਹੋਣ ਲੱਗ ਜਾਂਦਾ, ਉਸਦੀ ਕਮੀ ਹੋਣ ਲੱਗ ਜਾਂਦੀ ਹੈ, ਜਿਸ ਕਰਕੇ ਢੇਰ ਸਾਰੀ ਪਾਚਨ ਦੀਆਂ ਸਾਨੂੰ ਪ੍ਰੋਬਲਮ ਨੇ, ਜਿਵੇਂ ਕਿ ਖਾਧਾ ਪੀਤਾ ਹਜ਼ਮ ਨਹੀਂ ਹੁੰਦਾ, ਬਲੋਟਿੰਗ ਦੀ ਪ੍ਰੋਬਲਮ ਹੋ ਜਾਂਦੀ, ਗੈਸ ਦੀ ਪ੍ਰੋਬਲਮ ਹੁੰਦੀ ਹੈ, ਪੇਟ ਵਿੱਚ ਉਫਾਰਾ ਵੀ ਇਹ ਹੋ ਸਕਦਾ ਹੈ ਅਗਰ ਤੁਹਾਡੇ ਸਰੀਰ ਦੇ ਵਿੱਚ ਆਂਤੜੀਆਂ ਦੇ ਵਿੱਚ ਇਹ ਬੈਕਟੀਰੀਆ ਨਹੀਂ ਹੈ। ਇਸੇ ਲਈ ਇਸਨੂੰ ਗੁੱਡ ਬੈਕਟੀਰੀਆ ਕਿਹਾ ਜਾਂਦਾ ਹੈ, ਜੋ ਕਿ ਸਾਡੀ ਬੋਡੀ ਵਿੱਚ ਬੈਡ ਬੈਕਟੀਰੀਆ ਦੇ ਨਾਲ ਵੀ ਲੜਦਾ ਹੈ, ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਵੀ ਕਰਦਾ ਹੈ, ਨਾਲ ਦੀ ਨਾਲ ਸਾਨੂੰ ਵਿਟਾਮਿਨ ਕੇ ਵੀ ਦਿੰਦਾ ਹੈ, ਵਿਟਾਮਿਨ B12 ਵੀ ਦਿੰਦਾ ਹੈ। ਪਹਿਲਾਂ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ ਕਿ ਆਖਿਰ ਵਿਟਾਮਿਨ ਕੇ ਦਾ ਸਾਡੀ ਬੋਡੀ ਵਿੱਚ ਕੀ ਰੋਲ ਹੈ। ਦੇਖੋ, ਜਦੋਂ ਸਾਡੇ ਕਦੇ ਕੋਈ ਸੱਟ ਲੱਗਦੀ ਹੈ, ਖੂਨ ਨਿਕਲਦਾ ਹੈ, ਤਾਂ ਅਗਰ ਵੈਸੇ ਸੱਟ ਲੱਗੇ ਖੂਨ ਨਿਕਲਦਾ ਹੀ ਜਾਏ ਤਾਂ ਖੂਨ ਦੀ ਕਮੀ ਹੋ ਸਕਦੀ ਹੈ, ਪਰ ਜਦੋਂ ਸੱਟ ਲੱਗਦੀ ਹੈ, ਬਲੱਡ ਰੁਕ ਜਾਂਦਾ ਹੈ ਕਲੋਟ ਬਣ ਕੇ, ਤਾਂ ਉਹ ਵਿਟਾਮਿਨ ਕੇ ਦੇ ਨਾਲ ਹੀ ਬਣ ਰਿਹਾ ਹੁੰਦਾ ਹੈ, ਤੇ ਇਹ ਵਿਟਾਮਿਨ ਕੇ ਬਣਾਉਂਦਾ ਸਾਡੀ ਬੋਡੀ ਦੇ ਵਿੱਚ ਇਹ ਗੱਟ ਬੈਕਟੀਰੀਆ, ਜਿਸ ਨੂੰ ਗੁੱਡ ਬੈਕਟੀਰੀਆ ਵੀ ਅਸੀਂ ਬੋਲਦੇ ਹਾਂ, ਜੋ ਸਾਡੀ ਸਿਹਤ ਦੇ ਲਈ ਖਾਸ ਤੌਰ ਤੇ ਵਿਟਾਮਿਨ ਕੇ ਬਣਾਉਂਦਾ ਹੈ, ਔਰ ਸਾਡੀ ਗੱਟ ਹੈਲਥ ਅਗਰ ਵਧੀਆ ਨਹੀਂ ਹੁੰਦੀ ਹੈ, ਸਾਡਾ ਪਾਚਨ ਤੰਤਰ ਤਾਂ ਵਿਗੜਦਾ ਹੈ, ਨਾਲ ਦੀ ਨਾਲ ਸਾਡੀ ਮੈਂਟਲ ਹੈਲਥ ਹੈ ਜਿਹੜੀ ਉਹ ਵੀ ਡਿਸਟਰਬ ਹੁੰਦੀ ਹੈ। ਇਸੇ ਲਈ ਸਾਡਾ ਪਾਚਨ ਤੰਤਰ ਸਹੀ ਹੋਣਾ, ਮਜ਼ਬੂਤ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤੇ ਇਹ ਗੱਟ ਬੈਕਟੀਰੀਆ ਜੋ ਹੈ ਚੰਗੀ ਰੇਸ਼ੋ ਵਿੱਚ ਸਾਡੇ ਸਰੀਰ ਦੇ ਵਿੱਚ ਬਣਿਆ ਰਹੇ, ਤਾਂ ਕਿ ਸਾਡਾ ਖਾਧਾ ਪੀਤਾ ਵੀ ਹਜ਼ਮ ਹੁੰਦਾ ਰਹੇ, ਸਾਡੀ ਮੈਂਟਲ ਹੈਲਥ ਵੀ ਵਧੀਆ ਬਣੀ ਰਹੇ, ਸਾਡੀ ਬੋਡੀ ਵਿੱਚ ਲਗਾਤਾਰ ਵਿਟਾਮਿਨ ਕੇ ਔਰ ਵਿਟਾਮਿਨ B12 ਵੀ ਇਸ ਗੱਟ ਬੈਕਟੀਰੀਆ ਤੋਂ ਮਿਲਦਾ ਰਹੇ, ਤਾਂ ਇਹ ਗੱਟ ਬੈਕਟੀਰੀਆ ਨੂੰ ਬਣਾਏ ਰੱਖਣ ਲਈ ਅਸੀਂ ਕਰਨਾ ਕੀ ਹੈ? ਅਸੀਂ ਸਿਰਫ ਇਹ ਕਰਨਾ ਕਿ ਆਪਣੀ ਡਾਇਟ ਦੇ ਉੱਪਰ ਫੋਕਸ ਕਰਨਾ ਹੈ, ਜੋ ਸਾਨੂੰ ਹੋਰ ਵੀ ਢੇਰੋ ਵਿਟਾਮਿਨਸ ਦੇਗੀ ਇਹ ਡਾਇਟ, ਔਰ ਨਾਲ ਦੇ ਨਾਲ ਗੱਟ ਬੈਕਟੀਰੀਆ ਨੂੰ ਵੀ ਵਧੀਆ ਬਣਾਏ ਰੱਖੇਗੀ। ਉਸਦੇ ਲਈ ਦੇਖੋ, ਪ੍ਰੋਬਾਇਓਟਿਕਸ ਦੀ ਆਪਾਂ ਗੱਲ ਕਰ ਰਹੇ ਹਾਂ, ਪ੍ਰੋਬਾਇਓਟਿਕਸ ਦੇ ਵਿੱਚ ਆ ਜਾਂਦਾ ਹੈ ਦਹੀਂ, ਜੋ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦਾ ਹੈ, ਔਰ ਦਹੀਂ ਡੇਲੀ ਇੱਕ ਕਟੋਰੀ ਖਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਔਰ ਇਹ ਦਹੀਂ ਜੋ ਹੈ ਅਸੀਂ ਖਾਦ ਮੰਨ ਸਕਦੇ ਹਾਂ ਆਂਤੜੀਆਂ ਦੇ ਇਸ ਗੁੱਡ ਬੈਕਟੀਰੀਆ ਦੇ ਲਈ,
ਦਹੀਂ ਦੇ ਨਾਲ ਨਾਲ ਕੇਫਿਰ ਹੈ, ਕਿਮਚੀ ਹੈ, ਪਰ ਕੇਫਿਰ ਔਰ ਕਿਮਚੀ ਜੋ ਹੈ ਇੰਨੀ ਆਸਾਨੀ ਨਾਲ ਆਪਾਂ ਨੂੰ ਨਹੀਂ ਮਿਲ ਪਾਉਂਦਾ। ਤਾਂ ਦਹੀਂ ਤਾਂ ਹਰੇਕ ਘਰ ਦੇ ਵਿੱਚ ਹੁੰਦਾ ਹੀ ਹੈ, ਤਾਂ ਦਹੀਂ ਤੁਸੀਂ ਰੋਜ਼ਾਨਾ ਜ਼ਰੂਰ ਖਾਓ। ਆਪਾਂ ਪ੍ਰੋਬਾਇਓਟਿਕਸ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਆਪਾਂ ਪ੍ਰੀਬਾਇਓਟਿਕਸ ਦੀ ਵੀ ਗੱਲ ਕਰਾਂਗੇ। ਪ੍ਰੀਬਾਇਓਟਿਕਸ ਵਿੱਚ ਆ ਜਾਂਦਾ ਜੀ ਫਾਈਬਰ, ਜਿਵੇਂ ਆਪਾਂ ਸਲਾਦ ਖਾਈਏ, ਫਰੂਟਸ ਖਾਂਦੇ ਹਾਂ, ਈਵਨ ਆਪਾਂ ਜਿਹੜੇ ਅਨਾਜ ਸਾਬਤ ਅਨਾਜ ਖਾਂਦੇ ਹਾਂ, ਦਾਲਾਂ ਨੇ, ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਫਾਈਬਰ ਮਿਲਦਾ ਇਹ ਵੀ ਜੋ ਹੈ ਪੋਸ਼ਣ ਕਰਦਾ ਹੈ ਸਾਡੇ ਗੱਟ ਬੈਕਟੀਰੀਆ ਦਾ, ਆਂਤੜੀਆਂ ਦਾ ਜਿਹੜਾ ਇਹ ਬੈਕਟੀਰੀਆ ਜਿਹੜਾ ਸਾਨੂੰ ਇੰਨੀ ਚੰਗੀ ਸਿਹਤ ਦੇ ਰਿਹਾ ਹੈ। ਅਗਰ ਤੁਸੀਂ ਦੇਖੋ ਕਿ ਇੱਕਦਮ ਚੰਗੇ ਭਲੀ ਡਾਇਟ ਚੱਲਦੇ ਚੱਲਦੇ ਥੋੜੇ ਤੁਸੀਂ ਬਿਮਾਰ ਹੋਏ, ਉਸ ਤੋਂ ਬਾਅਦ ਤੁਹਾਡਾ ਵਜ਼ਨ ਵਧਣਾ ਸ਼ੁਰੂ ਹੋ ਗਿਆ ਇੱਕਦਮ, ਤਾਂ ਇਹ ਇੱਕ ਸਾਈਨ ਹੋ ਜਾਂਦਾ ਹੈ ਕਿ ਬਿਮਾਰੀ ਕਰਕੇ ਤੁਸੀਂ ਜਿਹੜੀਆਂ ਦਵਾਈਆਂ ਖਾਧੀਆਂ ਨੇ ਜਾਂ ਜਿਹੜੇ ਅਲਕੋਹਲ ਜ਼ਿਆਦਾ ਕੰਜ਼ਿਊਮ ਕਰਦੇ ਨੇ ਉਹਨਾਂ ਵਿੱਚ ਵੀ ਜਿਹੜਾ ਮੋਟਾਪਾ ਬਹੁਤ ਜ਼ਿਆਦਾ ਆਉਂਦਾ, ਡਾਈਜੈਸ਼ਨ ਦੀ ਪ੍ਰੋਬਲਮ ਹੁੰਦੀ ਹੈ, ਉਹ ਇਸੇ ਕਰਕੇ ਹੁੰਦੀ ਹੈ ਕਿ ਬਹੁਤ ਜ਼ਿਆਦਾ ਅਲਕੋਹਲ ਕੰਜ਼ਿਊਮ ਕਰਨ ਦੇ ਨਾਲ ਜਾਂ ਬਹੁਤ ਸਾਰੀ ਐਂਟੀਬਾਇਓਟਿਕਸ ਅਗਰ ਤੁਸੀਂ ਖਾ ਚੁੱਕੇ ਹੁੰਦੇ ਹੋ, ਉਸਦੇ ਨਾਲ ਇਹ ਗੱਟ ਬੈਕਟੀਰੀਆ, ਆਂਤੜੀਆਂ ਦਾ ਬੈਕਟੀਰੀਆ ਹੌਲੀ ਹੌਲੀ ਖਤਮ ਹੋ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ, ਜਿਸ ਕਰਕੇ ਸਾਡਾ ਸਾਰਾ ਡਾਈਜੈਸ਼ਨ ਪ੍ਰੋਸੈਸ ਜਿਹੜਾ ਹੈ ਸਲੋ ਹੋ ਜਾਂਦਾ ਹੈ, ਔਰ ਨਾਲ ਦੀ ਨਾਲ ਵਿਟਾਮਿਨ ਕੇ ਬਣਨਾ ਘੱਟ ਹੋ ਜਾਂਦਾ ਹੈ, ਵਿਟਾਮਿਨ B12 ਬਣਨਾ ਘੱਟ ਹੋ ਜਾਂਦਾ ਹੈ, ਔਰ ਸਾਨੂੰ ਵਿਟਾਮਿਨ B12 ਦੀ ਕਮੀ ਦੇ ਨਾਲ ਖੁਦ ਦੇ ਵਿੱਚ ਬਹੁਤ ਹੀ ਸੁਸਤੀ ਫੀਲ ਹੁੰਦੀ ਹੈ, ਕੁਝ ਕਰਨ ਨੂੰ ਜੀ ਨਹੀਂ ਕਰਦਾ, ਈਵਨ ਸਾਡੀ ਸਕਿਨ ਤੇ ਸਾਡੇ ਹੇਅਰਸ ਉੱਪਰ ਬਹੁਤ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ, ਔਰ ਵਿਟਾਮਿਨ ਕੇ ਦੀ ਜੋ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿਤੇ ਵੀ ਸੱਟ ਲੱਗੀ ਨਾਲ ਦੀ ਨਾਲ ਖੂਨ ਜੋ ਹੈ ਵਹਿਣਾ ਸ਼ੁਰੂ ਹੋ ਜਾਂਦਾ ਹੈ, ਖੂਨ ਜਲਦੀ ਜਲਦੀ ਰੁਕਦਾ ਨਹੀਂ ਹੈ, ਤਾਂ ਕਈ ਵਾਰ ਤਾਂ ਅਜਿਹੀ ਕੰਡੀਸ਼ਨ ਵੀ ਹੋ ਜਾਂਦੀ ਹੈ ਕਿ ਡਾਕਟਰ ਕੋਲ ਸਪੈਸ਼ਲੀ ਜਾਣਾ ਪੈ ਜਾਂਦਾ ਇਸ ਪ੍ਰੋਬਲਮ ਦੇ ਲਈ, ਤਾਂ ਕਿ ਵਿਟਾਮਿਨ ਕੇ ਜੋ ਹੈ ਪ੍ਰੋਪਰ ਮਾਤਰਾ ਵਿੱਚ ਹੈਲਥ ਸਾਡੀ ਬਾਡੀ ਵਿੱਚ ਬਣਿਆ ਰਹੇ। ਸੋ ਗੱਟ ਬੈਕਟੀਰੀਆ ਨੂੰ, ਆਂਤੜੀਆਂ ਦੇ ਇਸ ਬੈਕਟੀਰੀਆ ਨੂੰ ਬਣਾਏ ਰੱਖਣ ਦੇ ਲਈ ਤੁਸੀਂ ਫਰਮੈਂਟਡ ਫੂਡ ਵੀ ਖਾਣਾ ਹੈ, ਜਿਵੇਂ ਕਿ ਆਪਾਂ ਕਈ ਵਾਰੀ ਕੋਈ ਚੀਜ਼ ਰੱਖ ਦਿੰਦੇ ਹਾਂ, ਜਿਵੇਂ ਆਪਾਂ ਡੋਸਾ ਇਡਲੀ ਬਣਾਉਣ ਦੇ ਲਈ ਥੋੜਾ ਜਿਹਾ ਉਹਦੇ ਵਿੱਚ ਦਹੀਂ ਪਾ ਕੇ ਕੁਝ ਸਮੇਂ ਲਈ ਰੱਖ ਦਿੰਦੇ ਹਾਂ ਕਿ ਥੋੜਾ ਫਰਮੈਂਟ ਹੋ ਜਾਏ, ਔਰ ਉਸਦੇ ਵਿੱਚ ਤੁਸੀਂ ਬੇਕਿੰਗ ਸੋਡਾ ਨਹੀਂ ਪਾਉਣਾ ਹੈ, ਔਰ ਫਰਮੈਂਟ ਖੁਦ ਹੀ ਉਸਨੂੰ ਨੈਚੁਰਲੀ ਹੋਣ ਦੇਣਾ, ਤੇ ਉਹ ਚੀਜ਼ਾਂ ਜਿਹੜੀਆਂ ਅਸੀਂ ਖਾਂਦੇ ਹਾਂ, ਅਚਾਰ ਹੈ ਇਹ ਵੀ ਅਸੀਂ ਫਰਮੈਂਟਡ ਫੂਡ ਵਿੱਚ ਹੀ ਉਸਨੂੰ ਕਾਊਂਟ ਕਰਦੇ ਹਾਂ, ਅਚਾਰ ਵੀ ਜੋ ਹੈ ਤੁਸੀਂ ਖਾਂਦੇ ਹੋ, ਇਹ ਵੀ ਸਾਡੀ ਗੱਟ ਹੈਲਥ ਦੇ ਲਈ, ਗੱਟ ਬੈਕਟੀਰੀਆ ਲਈ ਬਹੁਤ ਚੰਗਾ ਹੁੰਦਾ ਹੈ। ਪਾਣੀ ਜੋ ਹੈ ਸਾਨੂੰ ਲਗਾਤਾਰ ਚੰਗੀ ਮਾਤਰਾ ਵਿੱਚ ਜ਼ਰੂਰ ਪੀਣਾ ਚਾਹੀਦਾ, ਤਾਂ ਕਿ ਟੌਕਸਿਨਸ ਬਾਡੀ ਵਿੱਚੋਂ ਆਊਟ ਹੁੰਦੇ ਰਹਿਣ ਔਰ ਸਾਡੀ ਬਾਡੀ ਜਿਹੜੀ ਹੈ ਹਾਈਡਰੇਟ ਹੋਈ ਰਹੇ। ਔਰ ਦੇਖੋ ਕਈ ਤਰ੍ਹਾਂ ਦੇ ਬੈਕਟੀਰੀਆਜ਼ ਵਿੱਚੋਂ ਸਾਡਾ ਇਹ ਡਾਈਜੈਸ਼ਨ ਨੂੰ ਲੈ ਕੇ ਬੈਕਟੀਰੀਆ, ਗੱਟ ਹੈਲਥ, ਗੱਟ ਬੈਕਟੀਰੀਆ, ਆਂਤੜੀਆਂ ਦਾ ਬੈਕਟੀਰੀਆ ਬਹੁਤ ਹੀ ਖਾਸ ਹੈ। ਹਰੇ ਪੱਤੇਦਾਰ ਸਬਜ਼ੀਆਂ ਤੁਸੀਂ ਖਾਓ, ਫਲ ਖਾਓ, ਫਰੂਟ ਖਾਓ, ਤੇ ਇਹਨਾਂ ਸਭ ਤੋਂ ਜੋ ਹੈ ਪੋਸ਼ਣ ਹੁੰਦਾ ਹੈ ਸਾਡੇ ਜਿਹੜੇ ਬੈਕਟੀਰੀਆ ਨੇ। ਸੋ ਹਰ ਬੈਕਟੀਰੀਆ ਮਾੜਾ ਨਹੀਂ ਹੁੰਦਾ, ਬੁਰਾ ਨਹੀਂ ਹੁੰਦਾ, ਆਂਤੜੀਆਂ ਦਾ ਇਹ ਬੈਕਟੀਰੀਆ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਡੀ ਚੰਗੀ ਸਿਹਤ ਦੇ ਲਈ, ਬਿਹਤਰ ਪਾਚਨ ਦੇ ਲਈ, ਚੰਗੀ ਮੈਂਟਲ ਹੈਲਥ ਦੇ ਲਈ। ਜਦੋਂ ਤੁਹਾਡੇ ਜਿਹੜਾ ਇਹ ਬੈਕਟੀਰੀਆ ਆਂਤੜੀਆਂ ਦਾ ਵਧੀਆ ਬਣਿਆ ਰਹਿੰਦਾ, ਤਾਂ ਤੁਹਾਡੀ ਮੈਂਟਲ ਹੈਲਥ ਵਧੀਆ ਹੋਣ ਦੇ ਨਾਲ ਤੁਸੀਂ ਖੁਸ਼ ਵੀ ਰਹਿੰਦੇ ਹੋ, ਤੁਹਾਡਾ ਕੰਮ ਕਰਨ ਦਾ ਮਨ ਵੀ ਕਰਦਾ, ਔਰ ਜਿਨ੍ਹਾਂ ਦੇ ਬੈਕਟੀਰੀਆ ਘੱਟ ਜਾਂਦਾ ਪਾਚਨ ਤੰਤਰ ਉਹਨਾਂ ਦਾ ਸਲੋ ਹੋ ਜਾਂਦਾ, ਮਨ ਵੀ ਬੁਝਿਆ ਬੁਝਿਆ ਰਹਿੰਦਾ, ਕੋਈ ਕੰਮ ਕਰਨ ਦਾ ਮਨ ਨਹੀਂ ਕਰਦਾ, ਔਰ ਸਟ੍ਰੈਸ ਵੀ ਜਿਹੜਾ ਹੈ ਬਹੁਤ ਜ਼ਿਆਦਾ ਫੀਲ ਹੁੰਦਾ ਰਹਿੰਦਾ। ਸੋ ਢੇਰੋ ਪ੍ਰੋਬਲਮਸ ਦਾ ਸੋਲੂਸ਼ਨ ਹੈ ਸਾਡੇ ਆਂਤੜੀਆਂ ਦੇ ਇਸ ਬੈਕਟੀਰੀਆ ਦੇ ਨਾਲ। ਸੋ ਚੰਗੀ ਸਿਹਤ ਦੇ ਲਈ, ਆਪਣੇ ਡਾਈਜੈਸ਼ਨ ਨੂੰ ਵਧੀਆ ਬਣਾਏ ਰੱਖਣ ਦੇ ਲਈ ਆਪਣੀ ਗੱਟ ਹੈਲਥ ਦੇ ਉੱਪਰ ਫੋਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਕੋਈ ਲੰਮਾ ਚੌੜਾ ਕੰਮ ਨਹੀਂ ਹੈ, ਬਸ ਹਰੇ ਪੱਤੇਦਾਰ ਸਬਜ਼ੀਆਂ ਖਾਓ, ਦਹੀਂ ਖਾਓ, ਅਚਾਰ ਵੀ ਦਿਨ 'ਚ ਤੁਸੀਂ ਆਪਣੇ ਖਾਣੇ ਦੇ ਨਾਲ ਜ਼ਰੂਰ ਖਾ ਸਕਦੇ ਹੋ, ਔਰ ਫਰੂਟਸ, ਵੈਜੀਟੇਬਲਸ, ਪਾਣੀ ਚੰਗੀ ਮਾਤਰਾ ਵਿੱਚ ਪੀਣਾ, ਤਾਂ ਤੁਹਾਡੀ ਗੱਟ ਹੈਲਥ ਵਧੀਆ ਰਹੇਗੀ, ਤੁਹਾਡਾ ਗੱਟ ਬੈਕਟੀਰੀਆ ਯਾਨੀ ਕਿ ਆਂਤੜੀਆਂ ਦਾ ਇਹ ਚੰਗਾ ਬੈਕਟੀਰੀਆ ਜੋ ਸਾਡੀ ਚੰਗੀ ਸਿਹਤ ਬਣਾਉਣ ਲਈ ਸਾਡਾ ਸਾਥ ਦਿੰਦਾ, ਇਹ ਵੀ ਵਧੀਆ ਬਣਿਆ ਰਹੇਗਾ। ਗੱਟ ਬੈਕਟੀਰੀਆ ਜਿਹੜਾ ਹੁੰਦਾ ਹੈ ਸਾਡੇ ਲੀਵਰ ਨੂੰ ਉਹ ਵਾਲਾ ਪ੍ਰੋਟੀਨ ਬਣਾਉਣ ਦੇ ਵਿੱਚ ਮਦਦ ਕਰਦਾ ਹੈ, ਜਿਹੜਾ ਪ੍ਰੋਟੀਨ ਖਾਸ ਤੌਰ ਤੇ ਸਾਡੇ ਬਲੱਡ ਦੇ ਵਿੱਚ
ਕਲੋਟਿੰਗ ਬਣਾਉਣ ਦੇ ਵਿੱਚ ਮਦਦ ਕਰਦਾ ਹੈ। ਇਹ ਕਲੋਟਿੰਗ ਉਹ ਨਹੀਂ ਹੈ ਜੋ ਅਸੀਂ ਸੋਚੀਏ ਬੜੀ ਡੇਂਜਰਸ ਹੁੰਦੀ ਹੈ, ਇਹ ਕਲੋਟਿੰਗ ਉਹ ਹੈ ਕਿ ਕੋਈ ਸੱਟ ਲੱਗੀ ਤੇ ਉਹਦਾ ਜਿਹੜਾ ਖੂਨ ਦਾ ਵਹਾਅ ਹੈ ਉਸੇ ਟਾਈਮ ਸਾਡੀ ਬਾਡੀ ਉਸ ਖੂਨ ਦੇ ਵਹਾਅ ਨੂੰ ਰੋਕ ਸਕਦੀ ਹੈ। ਉਦੋਂ ਹੁੰਦਾ ਹੈ ਇੱਕ ਸਿਗਨਲ ਜਾਂਦਾ ਹੈ, ਜਦੋਂ ਸੱਟ ਲੱਗਦੀ ਹੈ ਦਿਮਾਗ ਦੇ ਵਿੱਚ ਸਿਗਨਲ ਜਾਂਦਾ ਹੈ ਤੇ ਉਦੋਂ ਇਹ ਵਿਟਾਮਿਨ ਕੇ ਜਿਹੜਾ ਇਹ ਪ੍ਰੋਟੀਨ ਖਾਸ ਤੌਰ ਤੇ ਲੀਵਰ ਦੇ ਵਿੱਚ ਬਣਦਾ ਹੈ, ਔਰ ਇਹ ਪ੍ਰੋਟੀਨ ਜੋ ਹੈ ਮਦਦ ਕਰਦਾ ਹੈ ਸਾਡੇ ਬਲੱਡ ਦੇ ਵਹਾਅ ਨੂੰ ਰੋਕਣ ਦੇ ਲਈ। ਸੋ ਇਸੇ ਲਈ ਤੁਸੀਂ ਸਮਝ ਗਏ ਹੋ ਕਿ ਬੈਕਟੀਰੀਆ ਕਿੰਨਾ ਖਾਸ ਹੈ ਔਰ ਕਿੰਨੀਆਂ ਚੀਜ਼ਾਂ ਸਾਨੂੰ ਇਹ ਦੇ ਰਿਹਾ ਹੈ ਬਦਲੇ ਦੇ ਵਿੱਚ ਕਿ ਅਸੀਂ ਉਸਨੂੰ ਚੰਗਾ ਖਾਣ ਪੀਣ ਲਈ ਦਈਏ, ਔਰ ਇਹ ਸਾਡੀ ਸਿਹਤ ਦੇ ਲਈ ਸਾਡੇ ਪਾਚਨ ਤੰਤਰ ਨੂੰ ਵਧੀਆ ਬਣਾਏ ਰੱਖਣ ਦੇ ਵਿੱਚ ਬਹੁਤ ਹੀ ਵਧੀਆ ਯੋਗਦਾਨ ਵੀ ਪਾਉਂਦਾ ਹੈ। ਵੀਡੀਓ ਅੱਜ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਆਪਣੇ ਸੁਝਾਅ ਮੇਰੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਨਾ। ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਸਤਿ ਸ੍ਰੀ ਅਕਾਲ।